ਕੇ ਲੋਕਾਂ ਨੂੰ ਮਾਨਸਬ ਸਰਕਾਰ ਤੇ ਭਰੋਸਾ ਹੈ ਤੇ ਅੱਗੇ ਨਾਲੋਂ ਕਾਫੀ ਹੱਦ ਤੱਕ ਸੰਖਿਆ ਬਾਹਰ ਜਾਣਦਿਆਂ ਨੌਜਵਾਨਾਂ ਦੀ ਘਟਕੀ ਪਹਿਲਾਂ ਨੌکریاں ਮਿਲਦੀਆਂ ਸੀਗੀਆਂ ਪੈਸੇ ਦੇ ਆਧਾਰ ਦੇ ਉੱਤੇ ਪਰ ਹੁਣ ਨੌکریاں ਮਿਲਦੀਆਂ ਮੈਰਿਟ ਦੇ ਆਧਾਰ ਤੇ ਉਹਨਾਂ ਮਾਨਸਾਬ ਨੇ ਜਿਹੜੀ ਨਸ਼ੇ ਦੀ ਲਤ ਉਹ ਜਿਹੜਾ ਨਸ਼ੇ ਦਾ ਕਾਰੋਬਾਰ ਉਹਨੂੰ ਸ਼ਕੰਜਾ ਪਾਉਣ ਵਾਸਤੇ ਬੜੇ ਮਜਬੂਤੀ ਨਾਲ ਸੀ ਕੰਮ ਕਰ ਰਹੇ ਔਰ ਸਾਨੂੰ ਉਮੀਦ ਹੈ ਸੀ ਇਸ ਦੇ ਉੱਤੇ ਵਿਜੇਤ ਰੂਪ ਪ੍ਰਾਪਤ ਕਰ ਜਿੰਨੇ ਵੀ ਇੱਥੇ ਲੋਕਲ ਸਮਾਜ ਸੇਵਿਕ ਵੀ ਨੇ ਉਹਨਾਂ ਨੂੰ ਵੀ ਹਦਾਇਤ ਦਿੱਤੀ ਗਈ ਹੈ ਵੀ ਜਿਹੜੇ ਲੋਕ ਇਦਾਂ ਦੇ ਹੈਗੇ ਉਹਨਾਂ ਨੂੰ ਸਾਨੂੰ ਦੱਸਿਆ ਜਾਵੇ ਉਹਨਾਂ ਤੇ ਪੂਰੀ ਕਾਰਵਾਈ ਕੀਤੀ ਜਾਏਗੀ ਲੋਕੀ ਮਾਨ ਸਾਹਿਬ ਤੇ ਬਹੁਤ ਭਰੋਸਾ ਕਰ ਰਹੇ ਹਨ ਔਰ ਉਹਨਾਂ ਨੇ ਕੱਲ੍ਹਾਂ ਤੇ ਕੱਲ੍ਹ ਪਰ ਹੁਸੈਨ ਮਾਨ ਸਾਹਿਬ ਦਿਖਾ ਵੀ ਰਹੇ ਆ ਵੀ ਦੇਖੋ ਜੋ ਮੈਂ ਕਹਿ ਰਿਹਾ ਉਹ ਮੈਂ ਕਰਾਂ ਨੌਜਵਾਨਾਂ ਦੀ ਬਾਜ਼ ਜਾਂਦੀ ਹੋੜ ਲੱਗੀ ਹੋਈ ਹੈ ਔਰ ਕਈ ਨੌਜਵਾਨ ਟਰੈਵਲ ਏਜੰਟਾ ਦੇ ਸ਼ਿਕਾਰ ਵੀ ਹੋ ਰਹੇ ਨੇ ਇਸੇ ਉੱਤੇ ਗੱਲਬਾਤ ਕੱਲ ਨਹੀਂ ਸਾਡੇ ਨਾਲ ਮੌਜੂਦ ਹੈ ਸੈਂਟਰ ਹਲਕੇ ਦੇ ਵਿਧਾਇਕ ਰਮਨ ਅਰੋੜਾ ਜੀ ਰਮਨ ਅਰੋੜਾ ਜੀ ਪਹਿਲਾਂ ਦੈਨਿਕ ਸਵੇਰੀ ਤੁਹਾਡਾ ਸਵਾਗਤ ਹੈ ਧੰਨਵਾਦ ਦੇ ਨਿਕਸਵੇਰਾ ਦੇਖਦੇ ਸਾਰੇ ਹੀ ਦਰਸ਼ਕਾਂ ਨੂੰ ਮੇਰਾ بارشਾਂ ਤੇ ਹੜ੍ਹ ਦੇ ਪਾਣੀ ਨਾਲ ਡੇਂਗੂ ਦੇ ਫੈਲਣ ਨੂੰ ਰੋਕਣ ਲਈ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵਿਸ਼ੇਸ਼ ਮੁਹਿੰਮ ਹਰ ਸ਼ੁੱਕਰਵਾਰ ਡੇਂਗੂ ਤੇ ਵਾਰਿਸ਼ ਸ਼ੁਰੂਆਤ ਕੀਤੀ ਗਈ। ਇਸ ਸੰਬੰਧੀ ਪੰਜਾਬ ਸਰਕਾਰ ਨੇ ਵਿਆਪਕ ਪੱਧਰ ਉੱਤੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਸਰਕਾਰੀ ਹਸਪਤਾਲਾਂ ਵਿੱਚ ਡੇਂਗੂ ਤੇ ਮਲੇਰੀਆ ਤੇ ਮੁਫਤ ਟੈਸਟ ਅਤੇ ਮੁਫਤ ਇਲਾਜ ਦੀ ਸਹੂਲਤ ਦਿੱਤੀ ਗਈ ਹੈ। ਲਾਰਵਾਦੀ ਚੈਕਿੰਗ ਕਰਨ ਲਈ ਉਲਾਜਮਦੀ ਤੇ ਨਾਤੀਕਰਨ ਤੇ ਨਾਲ-ਨਾਲ ਸ਼ਹਿਰ ਅਤੇ ਪਿੰਡਾਂ ਵਿੱਚ ਦਵਾਈ ਦੇ ਛਿੜਕਾਅ ਲੈ ਟੁਕਮੇ ਪ੍ਰਬੰਧਨ ਨੂੰ ਵੀ ਯਕੀਨੀ ਬਣਾਇਆ ਗਿਆ ਹੈ। ਹਰ ਸ਼ੁੱਕਰਵਾਰ ਡੇਂਗੂ ਤੇ ਵਾਰ ਹਰਮਨ ਜੀ ਇੱਥੇ ਦੇ ਜਿਹੜੇ ਨੌਜਵਾਨ ਹੈ ਉਹਨਾਂ ਦੀ ਬਾਹਰ ਜਾਣ ਦੀ ਹੋੜ ਲੱਗੀ ਹੋਈ ਹੈ ਕਾਰਨ ਕੀ ਹੈ ਦੇਖੋ ਜੇ ਤੁਸੀਂ ਕਹਿ ਰਹੇ ਹੋ ਕਿ ਹੁਣ ਇਹ ਸੰਖਿਆ ਅੱਗੇ ਨਾਲੋਂ ਬਹੁਤ ਜ਼ਿਆਦਾ ਘਟ ਹੈ ਪਹਿਲੀਆਂ ਸਰਕਾਰਾਂ ਨੇ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਨੌਕਰੀਆਂ ਨਾ ਮਿਲਣਾ ਨਸ਼ੇ ਦੀ ਲਤ ਹੋਣਾ ਇਹ ਬੜਾ ਵੱਡਾ ਕਾਰਨ ਸੀਗਾ ਪਰ ਹੁਣ ਮਾਨਸਾਬ ਦੀ ਸਰਕਾਰ ਦੇ ਵਿੱਚ ਜਦੋਂ ਦੀਆਂ ਮਾਨਸਾਬ ਨੇ ਨੌਕਰੀਆਂ ਕੰਨੀਆਂ ਤਕਰੀਬਨ ਤੁਹਾਨੂੰ ਪਤਾ 30 ਤੋਂ 35 ਹਜ਼ਾਰ ਨੌਕਰੀਆਂ ਜਿਹੜੀਆਂ ਮਾਨ ਸਾਹਿਬ ਨੇ ਨਵੀਆਂ ਇੱਕ ਸਾਲ ਦੇ ਵਿੱਚ ਪਿੱਛੇ ਦਿੱਤੀਆਂ ਉਹਦੇ ਕਰਕੇ ਲੋਕਾਂ ਦਾ ਰੁਜ਼ਾਨ ਹੁਣ ਬਾਹਰ ਜਾਣ ਦਾ ਬਹੁਤ ਜ਼ਿਆਦਾ ਘਟ ਗਿਆ ਇਸ ਕਰਕੇ ਲੋਕਾਂ ਨੂੰ ਮਾਨ ਸਾਹਿਬ ਸਰਕਾਰ ਤੇ ਭਰੋਸਾ ਹੈ ਤੇ ਅੱਗੇ ਨਾਲੋਂ ਕਾਫੀ ਹੱਦ ਤੱਕ ਸੰਖਿਆ ਬਾਹਰ ਜਾਣਦਿਆਂ ਨੌਜਵਾਨਾਂ ਦੀ ਘਟੀ ਹੈ ਜਿਹੜੇ ਨੌਜਵਾਨ ਬਾਹਰ ਗਏ ਹੋਏ ਆ ਉਹਨਾਂ ਨੂੰ ਵਾਪਸ ਲਿਆ ਲੈ ਪੰਜਾਬ ਸਰਕਾਰ ਕੀ ਕਦਮ ਚੱਕ ਰਹੀ ਹੈ ਸਭ ਤੋਂ ਪਹਿਲਾਂ ਮੈਂ ਆਪ ਜੀ ਨੂੰ ਦੱਸਿਆ ਵੀ ਸਭ ਤੋਂ ਪਹਿਲਾਂ ਇਹ ਗੱਲ ਹੈ ਵੀ ਅਸੀਂ ਵੱਧ ਤੋਂ ਵੱਧ ਨੌਕਰੀਆਂ ਪ੍ਰੋਵਾਈਡ ਕਰਵਾ ਰਹੇ ਹਾਂ ਪਹਿਲਾਂ ਨੌਕਰੀਆਂ ਮਿਲਦੀਆਂ ਸੀਗੀਆਂ ਪੈਸੇ ਦੇ ਆਧਾਰ ਦੇ ਉੱਤੇ ਪਰ ਹੁਣ ਨੌਕਰੀਆਂ ਮਿਲਦੀਆਂ ਮੈਰਿਟ ਦੇ ਆਧਾਰ ਦੇ ਉੱਤੇ ਹੁਣ ਨਾ ਤੇ ਪੈਸੇ ਨਾਲ ਕਿਸੇ ਦੀ ਚੱਲਦੀ ਨਾ ਕਿਸੇ ਦੀ ਰਿਸ਼ਵਤ ਨਾਲ ਚੱਲਦੀ ਤੁਸੀਂ ਇੱਕ ਮਾਨ ਸਾਹਿਬ ਦੀ ਵੀਡੀਓ ਸੁਣੀ ਹੋਣੀ ਆ ਜਿਹਦੇ ਵਿੱਚ ਮਾਨ ਸਾਹਿਬ ਨੇ ਸਪਸ਼ਟ ਰੂਪ ਦੇ ਵਿੱਚ ਕਿਹਾ ਵੀ ਇੱਕ ਮੇਰੇ ਐਮ.ਐਲ.ਏ ਨੇ ਇਹ ਗੱਲ ਕਹੀ ਵੀ ਇਸ ਬੰਦੇ ਨੂੰ ਨੌਕਰੀ ਦਿਓ ਇਹ ਮੇਰਾ ਖਾਸ ਬੰਦਾ ਆ ਪਰ ਮਾਨ ਸਾਹਿਬ ਨੇ ਇਹ ਗੱਲ ਕਹੀ ਵੀ ਜਿਹੜੇ ਬੰਦੇ ਨੂੰ ਮੈਂ ਬਾਹਰ ਕੱਢੂਗਾ ਉਹ ਵੀ ਤੇ ਕਿਸੇ ਦਾ ਖਾਸ ਹੋਊਗਾ ਇਸ ਕਰਕੇ ਮੈਂ ਕਿਸੇ ਦੀ ਕੋਈ ਸਪਾਰਿਸ਼ ਨਹੀਂ ਸੁਣਦਾ ਔਰ ਮਾਨ ਸਾਹਿਬ ਦੀ ਖਾਸੀਅਤ ਹੈ ਵਾਕਈ ਗੱਲ ਸਹੀ ਹੈ ਉਹ ਕਿਸੇ ਦੀ ਸਪਾਰਿਸ਼ ਨਹੀਂ ਸੁਣਦੇ ਉਹ ਸਿਰਫ ਮੈਰਿਟ ਦੇ ਆਧਾਰ ਤੇ ਉੱਤੇ ਨੌਕਰੀਆਂ ਦੇ ਰਹੇ ਔਰ ਇਮਾਨਦਾਰੀ ਨਾਲ ਦੇ ਰਹੇ ਜਿਹੜੇ ਦੋਸਤ ਬਾਹਰ ਸਾਡੇ ਹੁਣ ਗਏ ਆ ਮੈਂ ਹੁਣ ਤੁਹਾਨੂੰ ਦੱਸਣਾ ਥੋੜੇ ਦਿਨਾਂ ਦੀ ਗੱਲ ਹੈ ਇੱਕ ਬੰਦੇ ਦਾ ਕੈਨੇਡਾ ਦਾ ਵੀਜ਼ਾ ਲੱਗੇ ਹੋਇਆ ਸੀਗਾ ਪਰ ਜਦੋਂ ਉਹਦਾ ਵੀਜ਼ਾ ਲੱਗ ਚੁੱਕਿਆ ਪਰ ਉਹਦੇ ਉਹਨੇ ਨੌਕਰੀ ਵਾਸਤੇ ਅਪਲਾਈ ਕੀਤਾ ਸੀ ਉਹਦੀ ਨੌਕਰੀ ਆ ਗਈ ਤਾਂ ਉਹਨੇ ਬਾਹਰਲਾ ਵੀਜ਼ਾ ਆਪਣਾ ਉਹ ਨਹੀਂ ਗਿਆ ਬਾਅਦ ਇਹਦਾ ਮਤਲਬ ਇਹ ਹੈ ਕਿ ਲੋਕੀ ਇਮਾਨਦਾਰ ਸਰਕਾਰ ਨੂੰ ਪਸੰਦ ਕਰ ਰਹੇ ਹੁਣ ਅੱਗੇ ਨਾਲੋਂ 20 ਜ਼ਿਆਦਾ ਲੋਕੀ ਇਸ ਚੀਜ਼ ਦੇ ਉੱਤੇ ਖੁਸ਼ ਹੈ ਕਿ ਸਾਨੂੰ ਨੌਕਰੀਆਂ ਮਿਲ ਰਹੀਆਂ ਆਪਣੇ ਦੇਸ਼ ਦੇ ਵਿੱਚ ਸਭ ਕੁਝ ਹੈ ਨੌਜਵਾਨ ਇਸ ਲਈ ਬਾਹਰ ਜਾ ਰਹੇ ਆ ਕਿ ਕਿਉਂਕਿ ਇੱਥੇ ਉਹ ਕੰਮ ਕਰਨਾ ਉਹਨਾਂ ਨੂੰ ਕੋਈ ਸ਼ਰਮ ਲੱਗਦੀ ਹੈ ਨਹੀਂ ਨਹੀਂ ਮੈਂ ਇਹਦੇ ਵਿੱਚ ਦੋ ਕਾਰਨ ਹੈ ਪਹਿਲਾ ਕਾਰਨ ਤੇ ਮੈਂ ਤੁਹਾਨੂੰ ਦੱਸਿਆ ਵਾ ਵੀ ਜਿਹੜੀਆਂ ਪਹਿਲਾਂ ਨੌਕਰੀਆਂ ਮਿਲਦੀਆਂ ਸੀ ਉਹ ਪੈਸੇ ਦੇ ਨਾਲ ਮਿਲਦੀਆਂ ਸੀ ਦੂਸਰਾ ਜਿਹੜੀਆਂ ਇਹ ਨਸ਼ੇ ਦੀ ਲਤਾਂ ਨਸ਼ੇ ਦੀ ਲਤ ਕਿ ਸਾਡੇ ਬੱਚੇ ਨੂੰ ਨਸ਼ੇ ਦੀ ਆਦਤ ਨਾ ਪੈ ਜਾਏ ਇਸ ਇਸ ਚੀਜ਼ ਤੋਂ ਦੂਰ ਕਰਨ ਵਾਸਤੇ ਲੋਕੀ ਆਪਣੇ ਬੱਚਿਆਂ ਨੂੰ ਬਾਹਰ ਪੇਚ ਰੇ ਸੀ ਪਰ ਤੋਂ ਹੁਣ ਮਾਨ ਸਾਹਿਬ ਨੇ ਜਿਹੜੀ ਨਸ਼ੇ ਦੀ ਲਤ ਉਹ ਜਿਹੜਾ ਨਸ਼ੇ ਦਾ ਕਾਰੋਬਾਰ ਉਹਨੂੰ ਸ਼ਕੰਜਾ ਪਾਉਣ ਵਾਸਤੇ ਬੜੇ ਮਜਬੂਤੀ ਨਾਲ ਸੀ ਕੰਮ ਕਰ ਰਹੇ ਹਨ ਔਰ ਸਾਨੂੰ ਉਮੀਦ ਹੈ ਸੀ ਇਸ ਦੇ ਉੱਤੇ ਵਿਜੇ ਜ਼ਰੂਰ ਪ੍ਰਾਪਤ ਕਰਾਂਗੇ ਜਿਹੜੇ ਨੌਜਵਾਨ ਇੱਥੋਂ ਬਾਹਰ ਗਏ ਹੋਏ ਆ ਲਗਾਤਾਰ ਉਹਨਾਂ ਦੇ ਹਮਲੇ ਹੋ ਰਹੇ ਆ ਕਤਲ ਹੋ ਰਹੀ ਆ ਇਹ ਕਾਰਨ ਨਹੀਂ ਲੱਗਦੇ ਕਿ ਉੱਥੇ ਦੇ ਨੌਜਵਾਨ ਇਹ ਕਹਿ ਰਹੇ ਹੋਣੇ ਅਸੀਂ ਵਿਲੇ ਹੋ ਚੁੱਕੇ ਇਹ ਤਾਂ ਕੰਮ ਕਰਨਾ ਹੈ ਦੇਖੋ ਗੱਲ ਤੁਹਾਡੀ ਬਿਲਕੁਲ ਠੀਕ ਹੈ ਹੁਣ ਜਿੱਦਾਂ ਕੈਨੇਡਾ ਦੀ ਗੱਲ ਕਰਦੇ ਆ ਜਿਹੜੇ ਮਾਰਫਤ ਨਿਊਜ਼ ਚੈਨਲ ਆ ਉਹ ਤੁਹਾਨੂੰ ਉੱਥੋਂ ਸਾਨੂੰ ਪਤਾ ਲੱਗਦਾ ਹੈਗਾ ਵੀ ਉੱਥੇ ਲੜਾਈ ਝਗੜੇ ਹੁੰਦੇ ਆ ਉਹ ਹੁਣ ਸਾਡੇ ਨੌਜਵਾਨ ਵੀਰ ਵਿਹਲੇ ਬੈਠੇ ਆ ਹੁਣ ਦੇਖੋ ਜਿਹੜੀ ਜਗ੍ਹਾ ਦੇ ਉੱਤੇ 10 ਇੱਕ ਸ਼ੋਰੂਮ ਹੈ ਉੱਥੇ 10 ਬੰਦਿਆਂ ਦੀ ਰੱਖਣ ਦੀ ਜਗ੍ਹਾ ਜੇ ਉੱਥੇ ਆਪਣੇ 50 ਬੰਦੇ ਚਲੇ ਜਾਣਗੇ ਤੇ ਨੈਚੁਰਲ ਉੱਥੇ ਲੜਾਈ ਝਗੜਾ ਤਾਂ ਹੋਏਗਾ ਔਰ ਦੂਸਰੇ ਸਭ ਤੋਂ ਵੱਡਾ ਕੰਪੀਟੀਸ਼ਨ ਬਹੁਤ ਹੋ ਜਾਂਦਾ ਹੈ ਅਗਲਾ ਕੋਈ 10 ਡਾਲਰਾਂ ਤੇ ਕੰਮ ਕਰਦਾ ਅਗਲਾ ਕਹਿੰਦਾ ਮੈਂ 8ਾਂ ਤੇ ਆ ਜਾਣਾ 7ਾਂ ਤੇ ਆ ਜਾਣਾ 6ਾਂ ਤੇ ਆ ਜਾਣਾ ਮਜਬੂਰੀ ਦੇ ਨਾਲ ਫਿਰ ਉਹ ਬੰਦਾ 5ਾਂ ਤੇ ਵੀ ਕੰਮ ਕਰਨਾ ਸ਼ੁਰੂ ਕਰ ਦਿੰਦਾ ਇਸ ਕਰਕੇ ਫਿਰ ਉੱਥੇ ਦੀ ਜਿਹੜੇ ਲੋਕ ਨੇ ਉਹਨਾਂ ਦੇ ਵਿੱਚ ਆਪਸ ਵਿੱਚ ਫ੍ਰਿਕਸ਼ਨ ਪੈਦਾ ਹੁੰਦੀ ਕਿਉਂਕਿ ਉਹ ਬੇਲੇ ਹੋ ਜਾਂਦੇ ਆ ਜੀ ਇਸ ਕਰਕੇ ਉੱਥੇ ਲੜਾਈਆਂ ਝਗੜਾ ਹੁੰਦੇ ਚਾਂਸ ਜ਼ਿਆਦਾ ਹੁੰਦੇ ਆ ਅ ਇੱਥੇ ਦੇ ਨੌਜਵਾਨ ਕਾਫੀ ਪੜੇ ਲਿਖੇ ਆ ਫਿਰ ਵੀ ਨਸ਼ੇ ਦੀ ਆਦੀ ਹੋਈ ਜਿਆਦਾ ਨਸ਼ੇ ਵੱਲ ਜਾ ਰਹੀ ਉਹਨਾਂ ਨੂੰ ਬ ਦੇ ਕੋਟ ਜਿਹੜਾ ਸਭ ਤੋਂ ਵੱਡਾ ਕੰਮ ਅਸੀਂ ਕਰ ਰਹੇ ਹਾਂ ਖੇਡਾਂ ਵਤਨ ਪੰਜਾਬ ਦੀ ਜਿਹੜੀ ਸ਼ੁਰੂ ਕਰ ਰਹੇ ਲੋਕਾਂ ਨੂੰ ਖੇਡਾਂ ਦੇ ਰੁਝਾਨ ਦੇ ਵਿੱਚ ਅਸੀਂ ਜਿਆਦਾ ਤੋਂ ਜਿਆਦਾ ਲੈ ਕੇ ਆ ਰਹੇ ਹੁਣ ਤੁਸੀਂ ਦੇਖੋ ਖੇਡਾਂ ਦੇ ਵਿੱਚ ਵੀ ਕਾਫੀ ਅਸੀਂ ਨੌਕਰੀਆਂ ਦੇ ਰਹੇ ਹਾਂ ਪਹਿਲਾਂ ਹੁੰਦਾ ਸੀ ਵੀ ਚਲੋ ਬੰਦਾ ਪੜਿਆ ਲਿਖਿਆ ਵਾ ਉਹਨੂੰ ਨੌਕਰੀ ਮਿਲਣੀ ਹੁਣ ਜਿਹੜਾ ਬੰਦਾ ਖੇਡਾਂ ਦੇ ਵਿੱਚ ਵੀ ਅੱਛਾ ਪਰਫਾਰਮੈਂਸ ਕਰਦਾ ਉਹਨਾਂ ਨੂੰ ਵੀ ਅਸੀਂ ਨੌਕਰੀਆਂ ਦੇ ਰਹੇ ਹਾਂ ਉਹਨਾਂ ਦੇ ਵੀ ਅਸੀਂ ਮੈਡਲਾਂ ਦੇ ਪੈਸੇ ਦੇ ਰਹੇ ਹਾਂ ਉਹਨਾਂ ਦੇ ਵੀ ਜਿੱਦਾਂ ਇਨਾਮਾਂ ਦੇ ਪੈਸੇ ਉਹਨਾਂ ਨੂੰ ਦੇ ਰਹੇ ਕਿ ਤਾਂ ਕਿ ਲੋਕੀ ਨਸ਼ੇ ਤੋਂ ਦੂਰ ਹੋ ਕੇ ਇਹਨਾਂ ਚੀਜ਼ਾਂ ਵੱਲ ਉਹਨਾਂ ਦਾ ਜਿਆਦਾ ਤੋਂ ਜਿਆਦਾ ਰੁਝਾਨ ਬਣੇ ਇਹ ਚੀਜ਼ ਸਾਡੇ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਬੜੀ ਵੱਡੀ ਇੱਕ ਉਪਲਬਧੀ ਹੈ ਦੂਸਰਾ ਜਿਹੜਾ ਵਾ ਵੀ ਜਿਹੜੇ ਜਿਹੜੀ ਸੋਸਾਇਟੀ ਆ ਜਿਹੜਾ ਨਸ਼ਾਏ ਸੋਸਾਇਟੀ ਨਾਲ ਲੱਗਦਾ ਹੈ ਜਦੋਂ ਕੋਈ ਬੱਚਾ ਸਾਡਾ ਇਹਦੇ ਨਾਲ ਰਿਲੇਟ ਹੋ ਜਾਂਦਾ ਵਾ ਉਹਦੇ ਵਾਸਤੇ ਮਾਨ ਸਾਹਿਬ ਸਰਕਾਰ ਨੇ 102 ਕਰੋੜ ਰੁਪਇਆ ਅਲੱਗ ਤੋਂ ਪਾਸ ਕੀਤਾ ਵਾ ਵੀ ਉਹਦੀ ਆਪਾਂ ਜਿਹੜੇ ਸੈਂਟਰ ਬਣਾਨੇ ਆ ਉਹ ਆਪਣੇ ਬਣਾਏ ਜਾਣ ਜਿੱਦਾਂ ਪਿਛਲੀਆਂ ਸਰਕਾਰਾਂ ਤੋਂ ਤੁਸੀਂ 198 ਸੈਂਟਰ ਸੀਗੇ ਪਰ ਹੁਣ ਮਾਨਸਾ ਸਰਕਾਰ ਨੇ ਉਹ 500 ਸੈਂਟਰ ਬਣਾਤੇ ਜਿੱਤੇ ਸੈਂਟਰਾਂ ਦੀ ਵੀ ਕਮੀ ਨਹੀਂ ਦੇਖੋ ਮੈਂ ਦੱਸਿਆ ਜਿਹੜੇ ਇਹ ਨਸ਼ਾ ਵਾ ਇਸ ਗਲਤ ਸੋਸਾਇਟੀ ਨਾਲ ਲੱਗ ਜਾਂਦਾ ਬੱਚਿਆਂ ਨੇ ਸਕੂਲਾਂ ਚ ਵੀ ਜਾਣਾ ਕਾਲਜਾਂ ਚ ਵੀ ਜਾਣਾ ਇਹ ਬੱਚੇ ਕਿਸਮਤ ਬੱਚੇ ਦੀ ਮਾੜੀ ਹੁੰਦੀ ਆ ਵੀ ਉਹਨੂੰ ਗਲਤ ਸੋਸਾਇਟੀ ਟੱਕਰ ਜਾਂਦੀ ਆ ਪਰ ਬਹੁਤ ਲੋਕ ਐਸੇ ਨੇ ਜਿਹੜੇ ਨਸ਼ੇ ਤੋਂ ਆਪਣੇ ਬੱਚਿਆਂ ਨੂੰ ਬਚਾਉਣਾ ਚਾਹੁੰਦੇ ਆ ਉਹ ਸਾਡੇ ਕੋਲ ਆਉਂਦੇ ਔਰ ਅਸੀਂ ਉਹਨਾਂ ਨੂੰ ਉਹਨਾਂ ਸੈਂਟਰਾਂ ਦੇ ਵਿੱਚ ਬਿਲਕੁਲ ਫ੍ਰੀ ਇਲਾਜ ਵਾਸਤੇ ਭੇਜਦੇ ਆ ਗੱਲ ਕਰੀਏ ਜਲੰਧ ਦੀ ਜਲੰਧਰ ਦੇ ਕੋਨੇ-ਕੋਨੇ ਦੇ ਉੱਤੇ ਟਰੈਵਲ ਏਜੰਟ ਬੈਠੇ ਹੋਏ ਨੇ ਔਲੇ-ਪਾੜੇ ਲੋਕਾਂ ਨੂੰ ਬਾਹਰ ਭੇਜਦੇ ਨੇ ਔਰ ਉਸ ਤੋਂ ਬਾਅਦ ਜਾਣ ਤੋਂ ਬਾਅਦ ਉਹਨਾਂ ਦਾ ਜਿਹੜਾ ਭਵਿੱਖਿਆ ਖਰਾਬ ਹੋ ਜਾਂਦਾ ਉਸ ਨੂੰ ਲੈ ਕੇ ਸਰਕਾਰ ਕੀ ਕਦਮ ਚੱਕ ਰਹੀ ਹੈ ਜਿਹੜੇ ਟਰੈਵਲ ਏਜੰਟ ਬੈਠੇ ਤੁਸੀਂ ਦੇਖਿਆ ਹੋਵੇ ਪਿੱਛੇ ਵੀ ਡੀਸੀ ਸਾਹਿਬ ਨੇ ਕਾਫੀ ਟਰੈਵਲ ਏਜੰਟਾਂ ਦੇ ਉੱਤੇ ਐਫਆਈਆਰ ਦਰਜ ਕਰਨ ਦੀ ਸਪਾਰਸ਼ ਕੀਤੀ ਆ ਔਰ ਉਹਨਾਂ ਦੇ ਪੂਰੇ ਸ਼ਿਕੰਜੇ ਕੱਸੇ ਜਾ ਰਹੇ ਆ ਔਰ ਪੁਲਿਸ ਨੂੰ ਵੀ ਔਰ ਜਿੰਨੇ ਵੀ ਇੱਥੇ ਲੋਕਲ ਸਮਾਜ ਸੇਵਿਕ ਵੀ ਨੇ ਉਹਨਾਂ ਨੂੰ ਵੀ ਹਦਾਇਤ ਦਿੱਤੀ ਗਈ ਹੈ ਵੀ ਜਿਹੜੇ ਲੋਕ ਇਦਾਂ ਦੇ ਹੈਗੇ ਉਹਨਾਂ ਨੂੰ ਸਾਨੂੰ ਦੱਸਿਆ ਜਾਵੇ ਉਹਨਾਂ ਤੇ ਪੂਰੀ ਕਾਰਵਾਈ ਕੀਤੀ ਜਾਏਗੀ ਲਾਸਟ ਦੇ ਵਿੱਚ ਮੈਂ ਜਿੰਨੇ ਵੀ ਦਿਨਿਕ ਸਵੇਰਾ ਦੇਖਦੇ ਹੋਏ ਦਰਸ਼ਕ ਨੇ ਉਹਨਾਂ ਨੂੰ ਇੱਕ ਅਪੀਲ ਕਰਨਾ ਚਾਹੁੰਦਾ ਇੱਕ ਬੇਨਤੀ ਕਰਨਾ ਚਾਹੁੰਦਾ ਵੀ ਆਪਣੇ ਬੱਚਿਆਂ ਵਾਸਤੇ ਟਾਈਮ ਕੱਢੋ ਥੋੜਾ ਜਿਹਾ ਜਿੱਦਾਂ ਕਿ ਆਪਾਂ ਪਹਿਲਾਂ ਕਹਿੰਦੇ ਸੀ ਵੀ ਬਜ਼ੁਰਗਾਂ ਵਾਸਤੇ ਟਾਈਮ ਕੱਢੋ ਤਾਂ ਕਿ ਬਜ਼ੁਰਗ ਆਪ ਆਪਣਾ ਦਿਲ ਤੁਹਾਡੇ ਨਾਲ ਖੋਲ ਸਕਣ ਮੈਂ ਇਸੇ ਤਰ੍ਹਾਂ ਹੀ ਆਪ ਸਾਰੇ ਪੇਰੈਂਟਸ ਮਾਪੇ ਨੂੰ ਵੀ ਇਹ ਵੀ ਬੇਨਤੀ ਕਰਦਾ ਵੀ ਆਪਣੇ ਬੱਚਿਆਂ ਕੋਲੋਂ ਵੀ ਤੁਸੀਂ ਥੋੜਾ ਦੇਰ ਰਾਤ ਨੂੰ ਬੈਠਿਆ ਕਰੋ ਸ਼ਾਮ ਨੂੰ ਬੈਠਿਆ ਕਰੋ ਕਿਉਂਕਿ ਬੱਚੇ ਦੇ ਹਾਉ ਪਾਉ ਤੋਂ ਪਤਾ ਲੱਗ ਜਾਂਦਾ ਵੀ ਸਾਡਾ ਬੱਚਾ ਇਹ ਕਿਹੜੀ ਸੋਸਾਇਟੀ ਵੱਲ ਜਾ ਰਿਹਾ ਹੈ ਉਹ ਤੁਹਾਨੂੰ ਪਤਾ ਲੱਗ ਜਾਏਗਾ ਜੇ ਤੁਸੀਂ ਰੋਜ਼ ਉਹਦੇ ਕੋਲ 10 15 ਮਿੰਟ ਅੱਧਾ ਘੰਟਾ ਬੈਠੋਗੇ ਨਾ ਤੁਹਾਨੂੰ ਪਤਾ ਲੱਗ ਜਾਏਗਾ ਵੀ ਸਾਡਾ ਬੱਚਾ ਨਸ਼ਾ ਕਰ ਰਿਹਾ ਕਿ ਨਹੀਂ ਕਰ ਰਿਹਾ ਉਹ ਦੇਖੋ ਮਾਂ ਬਾਪ ਦੀ ਅੱਖ ਸਭ ਤੋਂ ਵੱਡੀ ਅੱਖ ਹੁੰਦੀ ਹੈ ਆਪਣੇ ਬੱਚੇ ਨੂੰ ਦੇਖਣ ਵਾਲੇ ਸੇ ਤੇ ਛੱਟ ਸਾਨੂੰ ਪਤਾ ਲੱਗੇ ਨਾ ਸਾਡਾ ਬੱਚਾ ਇਹ ਨਸ਼ਾ ਕਰ ਰਿਹਾ ਜਾਂ ਉਹਦੇ ਹਾਵ ਭਾਵ ਉਹਦੀ ਰੋਜ਼ ਦੀ ਮਰਿਆ ਦੀ ਜਿਹੜੀ ਜ਼ਿੰਦਗੀ ਆ ਉਹ ਤੋਂ ਸਾਨੂੰ ਪਤਾ ਲੱਗ ਜਾਂਦਾ ਵੀ ਸਾਡਾ ਬੱਚਾ ਗਲਤ ਦਿਸ਼ਾ ਤੱਕ ਨਹੀਂ ਜਾ ਰਿਹਾ ਇਹ ਵੀ ਬੜਾ ਵੱਡਾ ਕਾਰਨ ਹੈ ਕਿਉਂਕਿ ਅੱਜ ਸਮੇਂ ਦੀ ਘਾਟ ਹੈ ਸਾਡੇ ਮਾਪੇ ਜਿਹੜੇ ਲੋਕ ਹੈਗੇ ਆ ਬਜ਼ੁਰਗ ਜਿਹੜੇ ਉਹਨਾਂ ਕੋਲੋਂ ਆਪਣੇ ਕੋਲ ਬੱਚਿਆਂ ਕੋਲ ਬੈਠਣ ਦਾ ਵੀ ਟਾਈਮ ਨਹੀਂ ਆ ਜੇ ਤੁਸੀਂ ਚਾਹੁੰਦੇ ਆ ਵੀ ਤੁਹਾਡੇ ਬੱਚੇ ਬਿਲਕੁਲ ਸਹੀ ਦਿਸ਼ਾ ਦੇ ਵਿੱਚ ਜਾਣ ਔਰ ਜੇ ਕੋਈ ਗਲਤ ਬੱਚਾ ਗਲਤ ਕੰਮ ਕਰਦਾ ਵੀ ਆ ਨਸ਼ਾ ਕਰ ਰਿਹਾ ਉਹਨੂੰ ਆਪਾਂ ਉਸੇ ਵੇਲੇ ਆਪਾਂ ਆਪਣੇ ਤਰੀਕੇ ਦੇ ਨਾਲ ਉਹਨੂੰ ਮੋੜ ਕਰੀਏ ਉਹਨੂੰ ਇੰਨਾ ਪਿਆਰ ਦੇਈਏ ਵੀ ਇਸ ਚੀਜ਼ ਤੋਂ ਜਿਹੜੀ ਗੰਦੀ ਬੁਰਾਈ ਆ ਇਸ ਤੋਂ ਆਪਾਂ ਦੂਰ ਹੋ ਜਾਈਏ ਮੇਰੀ ਸਾਰੇ ਮਰੇ ਬੇਨਤੀ ਆ ਆਪਣੇ ਬੱਚਿਆਂ ਨੂੰ ਥੋੜਾ ਜਿਹਾ ਟਾਈਮ ਜ਼ਰੂਰ ਦਿਓ ਸੈਂਟਰ ਹਲਕਾ ਬਿਸ਼ੱਕ ਖੂਬਸੂਰਤ ਹਲਕਾ ਬਣਿਆ ਹੋਇਆ ਹੈ ਇਹ ਵੀ ਪਤਾ ਲੱਗਾ ਮਾਨ ਸਾਹਿਬ ਨੇ ਕੁਝ ਗ੍ਰਾਂਟ ਵੀ ਦਿੱਤੀ ਹੈ ਹੋਰ ਖੂਬਸੂਰਤ ਬਣਾਣ ਲਈ ਤਾਂ ਜੀ ਜੀ ਮਾਨ ਸਾਹਿਬ ਮੇਨੂੰ ਬਹੁਤ ਪਿਆਰ ਕਰਦੇ ਨੇ ਉਹਨਾਂ ਨੇ ਮੇਰੇ ਹਲਕੇ ਵਾਸਤੇ ਕਿ ਪੂਰੇ ਜਲੰਧਰ ਵਾਸਤੇ ਹੀ ਬਹੁਤ ਪੈਸੇ ਸਾਨੂੰ ਦਿੱਤੇ ਹੈ ਔਰ ਅਸੀਂ ਪੂਰੀ ਦੇਖੋ ਇਸ ਵੇਲੇ ਥੋੜਾ ਇਹ بارش ਦਾ ਮੌਸਮ ਹੈ ਇਸ ਕਰਕੇ ਕੁਝ ਪਲਾਂਟ ਬੰਦ ਹੋ ਜਾਂਦੇ ਥੋੜੇ ਦਿਨਾਂ ਨੂੰ ਜਦੋਂ ਮੌਸਮ ਖੁੱਲ ਜਾਏਗਾ ਇਹਨੂੰ ਅਸੀਂ ਹੋਰ ਜ਼ਿਆਦਾ ਖੂਬਸੂਰਤ ਬਣਾਵਾਂਗੇ ਔਰ ਬਹੁਤ ਵਧੀਆ ਬਣਾਵਾਂਗੇ ਇੱਕ ਵਿਅਕਤੀ ਦੀ ਯੂਐਸਏ ਦੇ ਵਿੱਚ ਜਨਮ ਹੁੰਦਾ ਉੱਥੇ ਆਪਣਾ ਕਾਰੋਬਾਰ ਆਪਣੀ ਨੌਕਰੀ ਕਰਦਾ ਮਾਨ ਸਾਹਿਬ ਦਾ ਜਦੋਂ ਭਾਸ਼ਣ ਦਿੰਦੇ ਆ ਜਨਤਾ ਨੂੰ ਸੰਬੋਧਿਤ ਕਰਦੇ ਆ ਕਰਦੇ ਆ ਉਹ ਕਹਿੰਦੇ ਆ ਕਿ ਜਿਹੜੇ ਵੀ ਨੌਜਵਾਨ ਬਾਹਰ ਰੋਜ਼ਗਾਰ ਕਰ ਰਹੇ ਆ ਜੇ ਇੰਡੀਆ ਆ ਕੇ ਕੰਮ ਕਰਨਾ ਚਾਹੁੰਦੇ ਆ ਤੇ ਸਰਕਾਰ ਸਾਡੇ ਨਾਲ ਹੈ ਔਰ ਵਿਅਕਤੀ ਉਹੀ ਜਿਹੜਾ ਭਾਸ਼ਣ ਸੁਣ ਕੇ ਜਲੰਧਰ ਦੇ ਵਿੱਚ ਆਪਣਾ ਰੋਜ਼ਗਾਰ ਕਰ ਰਿਹਾ ਦੇਖੋ ਮੈਂ ਇਹ ਦੱਸਣਾ ਚਾਹੁੰਦਾ ਮਾਨ ਸਾਹਿਬ ਦਾ ਮਤਲਬ ਹੈ ਭਰੋਸਾ ਲੋਕੀ ਮਾਨ ਸਾਹਿਬ ਤੇ ਬਹੁਤ ਭਰੋਸਾ ਕਰ ਰਹੇ ਔਰ ਉਹਨਾਂ ਦੀਆਂ ਗੱਲਾਂ ਤੇ ਕੰਮ ਪਰੋਸੇ ਮਾਨ ਸਾਹਿਬ ਦਿਖਾ ਵੀ ਰਹੇ ਆ ਵੀ ਦੇਖੋ ਜੋ ਮੈਂ ਕਹਿ ਰਿਹਾ ਉਹ ਮੈਂ ਕਰ ਰਿਹਾ ਜੇ ਕੋਈ ਗਰੰਟੀ ਬਿਜਲੀ ਦੀ ਦਿੱਤੀ ਆ ਜਾਂ ਹੋਰ ਕੋਈ ਗਰੰਟੀਆਂ ਦਿੱਤੀਆਂ ਇੱਕ ਪੈਨਸ਼ਨ ਇੱਕ ਸਾਰੀਆਂ ਜੋ ਗਰੰਟੀਆਂ ਦਿੱਤੀਆਂ ਸਾਰੀਆਂ ਉਹ ਪੂਰੀਆਂ ਕਰ ਰਹੇ ਲੋਕਾਂ ਨੂੰ ਦਿਖਾ ਰਹੇ ਆ ਅੱਜ ਕਿਹੜੀ ਸਰਕਾਰ ਸੀ ਜਿਹੜੀ ਸਾਰੇ ਹੀ ਸਮਾਜ ਨੂੰ ਇੱਕੋ ਹੀ ਮਾਲਾ ਦੇ ਵਿੱਚ ਪਰੋਇਆ ਕਦੀ ਤੁਸੀਂ ਸੁਣਿਆ ਸੀ ਵੀ ਕਦੀ ਜਨਰਲ ਪਬਲਿਕ ਨੂੰ ਕਿਸੇ ਨੂੰ ਬਿਜਲੀ ਫ੍ਰੀ ਮਿਲੀ ਹੋਵੇ ਕਦੀ ਕਿਸੇ ਕਮਿਟੀ ਨੂੰ ਕਦੀ ਕਿਸੇ ਕਮੰਡ ਨੂੰ 올 ਹੋਲ ਹਰ ਇੱਕ ਸਾਰਿਆਂ ਨੂੰ ਇੱਕ ਮਾਲਾ ਦੇ ਵਿੱਚ ਪਰੋ ਕੇ ਸਾਰੀ ਸਮਾਜ ਨੂੰ ਬਿਜਲੀ ਫਰੀ ਦਿੱਤੀ ਉਸੇ ਤਰ੍ਹਾਂ ਹੁਣ ਜਿਹੜਾ ਹੁਣ ਸਾਡਾ ਨਵਾਂ ਅਗੋ ਗਰੰਟੀ ਵਾਲਾ ਵਾ ਵੀ ਭੈਣਾ ਨੂੰ ਚਾਹੇ ਉਹ ਕਿਸੇ ਗਰੀਬ ਘਰ ਦੀ ਆ ਚਾਹੇ ਕੋ ਜੱਜ ਲੱਗਿਆ ਸਾਰਿਆਂ ਨੂੰ 1000 ਰੁਪਏ ਮਹੀਨਾ ਕਿੰਨੀ ਵੱਡੀ ਗੱਲ ਹੈ ਸਮਾਨਤਾ ਲਿਆਣੀ ਔਰ ਗਰੰਟੀ ਦੇਣਾ ਇਸਰ ਮਾਨ ਸਾਹਿਬ ਸਰਕਾਰ ਕਰ ਸਕਦੀ ਲੋਕਾਂ ਦੇ ਮਨਾਂ ਦੇ ਵਿੱਚ ਮਾਨ ਸਾਹਿਬ ਦੇ ਪ੍ਰਤੀ ਬਹੁਤ ਭਰੋਸਾ ਔਰ ਇਹੀ ਕੋਈ ਸਰਕਾਰ ਹੈ ਜਿਹੜੀ ਪਰ ਸੇਨਾ ਚਲਦੀ ਹੈ ਵਿਸ਼ਵਾਸ ਨਾ ਚਲਦੀ ਹੈ ਔਰ ਚੰਗੀ ਨੀਅਤ ਨਾ ਚਲਦੀ ਹੈ ਇਹ ਸੀ ਸੈਂਟਰ ਹਲਕੇ ਦੇ ਵਿਧਾਇਕ ਰਮਨ ਅਰੋੜਾ ਜੀ ਕੈਮਰਾਮੈਨ ਜਤਿੰਦਰ ਨਾ ਵਿਨੈਸ਼ ਸ਼ਰਮਨ ਦੈਨਿਸ ਰਾਟੀਵੀ ਜਲੰਧਰ